श्री आनंदपुर साहब जी के 351वें स्थापना दिवस M4 साहिबजादों की याद को समर्पित सातवां शहीद भगत सिंह अंतर्राष्ट्रीय कुश्ती और कबड्डी टूर्नामेंट 20 मार्च से 23 मार्च तक करवाया जा रहा है। आज जलंधर स्थित पंजाब प्रेस क्लब में इस टूर्नामेंट के संबंध में जानकारी देते हुए आयोजकों ने बताया कि आदमपुर, आनंदपुर साहब, सुल्तानपुर लोधी में होने वाले इन मुकाबलों के विजेताओं को इनाम देकर सम्मानित किया जाएगा। इस टूर्नामेंट में भारत के अलावा पाकिस्तान और 5 बड़े देशों के खिलाड़ी भी भाग लेंगे। जिहड़ा 7वां शहीद भगत सिंह टूर्नामेंट 20 तरीक तो शुरू हो रहा है, असीं उहदे बारे प्रेस रखी आ और हर साल यही करवाउणे आ, ते जिहदे विच ਬਾਹਰੋਂ ਪਹਿਲਵਾਨ ਆਉਂਦੇ ਨੇ, ਪਾਕਿਸਤਾਨ ਤੋਂ ਆਉਂਦੇ ਨੇ, ਅਤੇ ਮੈਂ ਸਮਝਦਾ ਕਿ ਇਹ ਇੱਕ ਪੰਜਾਬ ਵਾਸਤੇ, ਹਿੰਦੁਸਤਾਨ ਵਾਸਤੇ ਬਹੁਤ ਵਧੀਆ ਗੱਲ ਆ। ਉਹ ਨਵੀਂ ਜਨਰੇਸ਼ਨ ਨੂੰ ਮੌਕਾ ਮਿਲਦਾ ਆ ਇੱਥੇ ਆਪਣਾ ਕੰਪੀਟੀਸ਼ਨ ਲੜਨ ਦਾ ਔਰ ਵੱਡੇ ਵੱਡੇ ਇਨਾਮ ਜਿੱਤਣ ਦਾ, ਅਤੇ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜੀ ਸਾਡੇ ਪੰਜਾਬ ਦੇ ਵਿੱਚ ਰੁਝਾਨ ਨਸ਼ਿਆਂ ਦਾ ਹੋਇਆ ਆ, ਉਹਨੂੰ ਠੱਲ ਪਾਉਣ ਲਈ ਇਹੋ ਜਿਹੇ ਪ੍ਰੋਗਰਾਮ ਕਰਾਉਣੇ ਚਾਹੀਦੇ ਆ। ਅਤੇ ਮੈਂ ਸਾਰੇ ਪਹਿਲਵਾਨਾਂ ਨੂੰ ਦਰਖਾਸਤ ਕਰਦਾ ਕਿ ਜਿਹੜੇ ਲੜਨ ਵਾਲੇ ਆ ਉਹ ਤਾਂ ਲੜਨ, ਜੋ ਘੱਟੋ ਘੱਟ ਵੇਖਣ ਆਉਣ ਉਹਨਾਂ ਨੂੰ ਬਹੁਤ ਇੱਥੋਂ ਕੋਈ ਫਾਇਦਾ ਹੋਊਗਾ। ਇਹ ਜਿਹੜੀ ਖਾਸ ਕਰਕੇ ਜਿਹੜੇ ਪਹਿਲਵਾਨ ਵੱਖ ਵੱਖ ਕੰਟਰੀਆਂ ਤੋਂ ਬੁਲਾਏ ਨੇ, ਅਸੀਂ ਪਾਕਿਸਤਾਨ ਤੋਂ ਪਹਿਲਵਾਨ ਬੁਲਾਏ ਨੇ, ਯੂਕਰੇਨ ਤੋਂ ਆ ਰਹੇ ਨੇ, ਕਨੇਡਾ ਤੋਂ ਆ ਰਹੇ ਨੇ, ਆਸਟ੍ਰੇਲੀਆ ਤੋਂ ਆਏ ਨੇ ਔਰ ਅਮੈਰੀਕਾ ਤੋਂ ਆਏ ਨੇ। ਇਸ ਕਰਕੇ ਅਸੀਂ ਇਹ ਹਰ ਤਰ੍ਹਾਂ ਦੀ ਰੰਗ ਦਿਖਾਉਣੇ ਚਾਹੁੰਦੇ ਹਾਂ ਕਿ ਗੋਰੇ ਕਾਲੇ, ਕਿਉਂਕਿ ਪਹਿਲਾਂ ਵੀ ਇਹੀ ਕਰਾ ਚੁੱਕੇ ਹਾਂ ਅਤੇ ਇਸ ਸਾਲ ਵੀ ਇਹਨੂੰ ਵਧੀਆ ਢੰਗ ਨਾਲ ਕਰਾਉਣੇ ਚਾਹੁੰਦੇ ਹਾਂ। ਮੈਂ ਸਾਰੇ ਜਨਤਾ ਨੂੰ ਅਪੀਲ ਕਰਦਾ ਕਿ ਇਸ ਮੌਕੇ ਦਾ ਫਾਇਦਾ ਉਠਾਉਣ, ਆਪਣੇ ਆਪ ਔਰ ਖੁਦ ਬੱਚਿਆਂ ਨੂੰ ਇਹ ਦਿਖਾਉਣ ਕਿ ਮੈਨੂੰ ਤੁਹਾਡੇ ਅੱਗੇ ਵੀ ਦਰਖਾਸਤ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਇਹਦਾ ਪ੍ਰਚਾਰ ਕਰੋ ਤਾਂ ਕਿ ਸਾਡੇ ਬੱਚੇ ਲਾਭ ਉਠਾ ਸਕਣ।